स्टे विद पुष्पक विद डॉ नवदीप शर्मा ग्लोबली रेन आउट आयुर्वेदिक हीलर ਜਸ ਪੰਜਾਬੀ ਦੇ ਸਾਰੇ ਈਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਈਪਰ ਟੈਂਸ਼ਨ ਬੀਪੀ ਦਾ ਵਧਣਾ ਇੱਕ ਐਸਾ ਰੋਗ ਹੈ ਜਿਹੜਾ ਅੱਜ ਹਰ ਬੰਦੇ ਨੂੰ ਬੀਪੀ ਦੀਆਂ ਦਵਾਈਆਂ ਅੱਜ ਲੱਗ ਚੁਕੀਆਂ ਨੇ ਆਪਾਂ ਕਦੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਦਾ ਕਾਰਨ ਕੀ ਹੈ ਉਹਦਾ ਕਾਰਨ ਦੋ ਮੇਜਰ ਕਾਰਨ ਨੇ ਜੀ ਇੱਕ ਆਰਟਰੀਜ਼ ਦੇ ਅੰਦਰ ਕੋਲੇਸਟ੍ਰੋਲ ਦਾ ਵੱਧ ਜਾਣਾ ਇਹ ਇੱਕ ਐਸਾ ਕਾਰਨ ਹੈ ਜਿਹੜਾ ਕਿ ਆਪਾਂ ਲੋਕ ਫਿਰ ਵੀ ਜਾਣਦੇ ਹਾਂ ਲੇਕਿਨ ਇੱਕ ਦੂਜਾ ਕਾਰਨ ਵੀ ਹੈ ਜਿਹੜਾ ਹੋਰ ਜ਼ਿਆਦਾ ਕਾਮਨ ਹੈ ਜਿਹਨੂੰ ਆਪਾਂ ਨਹੀਂ ਜਾਣਦੇ ਉਹ ਹੈ ਸਾਡੀ ਆਰਟਰੀਜ਼ ਦੀ ਵਾਲਜ਼ ਦਾ ਹਾਰਡ ਹੋ ਜਾਣਾ ਉਹਨਾਂ ਦੀ ਜਿਹੜੀ ਨੈਚੁਰਲ ਲਚੀਲਾਪਨ ਕੁਦਰਤ ਨੇ ਦਿੱਤਾ ਵੈ ਉਹ ਲਚੀਲਾਪਨ ਖਤਮ ਹੋ ਜਾਣਾ ਔਰ ਇਹੀ ਕਾਰਨ ਹੈ कि 40 ਦੀ ਉਮਰ ਚ 35 ਦੀ ਉਮਰ ਚ ਮੈਂ ਦੇਖਦਾ ਵਾਂ ਮਰੀਜ਼ਾਂ ਨੂੰ ਬੀਪੀ ਦੀ ਦਵਾਈ ਲੱਗ ਚੁੱਕੀ ਹੁੰਦੀ ਹੈ ਜਿਹੜੀ ਉਮਰ ਦੇ ਨਾਲ ਨਾਲ ਗੋਲੀਆਂ ਵਧਦੀਆਂ ਹੀ ਨੇ ਆਪਾਂ ਚਾਹੀਏ ਆਪਣੇ ਕਿਚਨ ਦੇ ਰਾਹੀਂ ਵੀ ਤੇ ਆਯੁਰਵੈਦ ਦੇ ਰਾਹੀਂ ਵੀ ਇਹਨਾਂ ਦਵਾਈਆਂ ਤੋਂ ਬਾਦ ਛੱਕਦੇ ਹਾਂ ਸਭ ਤੋਂ ਪਹਿਲਾ ਬਦਲਾਅ ਜਿਹੜਾ ਆਪਾਂ ਕਰਨਾ ਹੈ ਚਿੱਟੇ ਲੂਣ ਦੀ ਜਗ੍ਹਾ ਦੇ ਉੱਪਰ ਅਗਰ ਆਪਾਂ ਸੈਂਦਾ ਨਮਕ ਲੈ ਸਕੀਏ ਆਰਟਰੀਜ਼ ਦੀ ਇਲਾਸਟਿਸਿਟੀ ਨੂੰ ਮੇਨਟੇਨ ਰੱਖਦਾ ਹੈ ਅਪਾ ਆਮ ਤੌਰ ਤੇ ਹੈ ਰਿਫਾਈਨਡ ਯੂਜ਼ ਕਰ ਰਹੇ ਹਾਂ ਇੱਕ ਤਰ੍ਹਾਂ ਦਾ ਤੇਲ ਯੂਜ਼ ਕਰ ਰਹੇ ਹਾਂ ਆਪਣੇ ਕਿਚਨ ਜੰਦਰ ਇਸ ਕਰਕੇ ਜੇ ਤੁਸੀਂ ਮੇਰੇ ਕੋਲ ਪੁੱਛੋ ਤੇ ਤੁਸੀਂ ਇਕਲੀਟਰ ਤੇਲ ਅਗਰ ਇਸਤੇਮਾਲ ਕਰ ਰਹੇ ਹੋ ਉਸ ਇਕਲੀਟਰ ਤੇਲ ਚ 500 ਐਮਐਲ ਤੇਲ ਦਾ ਤੇਲ ਹੋ ਜਾਵੇ 300 ਤੋਂ 400 ਐਮਐਲ ਸਰੋਂ ਦਾ ਤੇਲ ਹੋ ਜਾਵੇ ਤੇ ਬਾਕੀ ਅਲਸੀ ਦਾ ਤੇਲ ਹੋ ਜਾਵੇ ਇਹਨੂੰ ਇਸਤੇਮਾਲ ਕਰੋ ਤੁਸੀਂ ਦੇਖੋਗੇ ਆਰਟਰੀਜ਼ ਤੇ ਇਲਾਸਟिसिटी ਮੇਨਟੇਨ ਰਹੇਗੀ ਰਹੇਗੀ ਸ਼ਰੀਰ ਚ ਵੀ ਤੁਸੀਂ ਪਹਿਲੇ ਤੋਂ ਬੈਟਰ ਤੇ ਐਕਟਿਵ ਫੀਲ ਕਰੋਗੇ ਔਰ ਅਗਰ ਬੀਪੀ ਵਧਣਾ ਸ਼ੁਰੂ ਹੋ ਹੀ ਚੁੱਕਾ ਵੈ ਹੁਣ ਉਹਨੂੰ ਘਟਾਉਣ ਵਾਸਤੇ ਇੱਕ ਜਿਹੜਾ ਧਨੀਆ ਸੁੱਕਾ ਧਨੀਆ ਜਿਹੜਾ ਕਿਚਨ ਚ ਹੈ ਅਗਰ ਉਹ ਸੁੱਕੇ ਧਨੀਏ ਦਾ ਇਸਤੇਮਾਲ ਚਮਚੇ ਦਾ ਅੱਧਾ ਹਿੱਸਾ ਦਿਨ ਚ ਇੱਕ ਵਾਰ ਪਾਣੀ ਨਾਲ ਕੇਤਾ ਜਾਏ ਅਗਰ ਮਾਈਲਡ ਬੀਪੀ ਵਧ ਰਿਹਾ ਵੈ ਆਟੋਮੈਟਿਕਲੀ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਇਸ ਸਭ ਗੋਲ ਹਫਤੇ ਚ ਕੱਟੋ-ਕੱਟ ਦੋ ਵਾਰੀ ਜਾਂ ਤਿੰਨ ਵਾਰੀ ਰਾਤੀ ਸੌਣ ਲੱਗਿਆਂ ਪਾਣੀ ਨਾਲ ਜ਼ਰੂਰ ਲੈਣਾ ਤੀਜੀ ਚੀਜ਼ ਤੁਸੀਂ ਅਕਸਰ ਦੇਖਿਆ ਆਏਗਾ ਰੁਦਰਾਕਸ਼ ਸੰਤਾਂ ਨੇ ਪਾਏ ਹੁੰਦੇ ਨੇ ਅਗਰ ਆਪਾਂ ਹਿੰਦੂ ਮਾਈਥੋਲੋਜੀ ਚ ਜਾਈਏ ਤੇ ਰੁਦਰਾਕਸ਼ਾਂ ਦੀ ਮਾਲਾ ਮੋਸਟਲੀ ਸੰਤ ਪਾਉਂਦੇ ਨੇ ਹੋਰ ਇਹ ਕਿਹਾ ਜਾਂਦਾ ਰੁਦਰਾਕਸ਼ ਆਤਮਿਕ ਸ਼ਾਂਤੀ ਦਿੰਦਾ ਵੈ ਰੁਦਰਾਕਸ਼ ਇੱਕ ਐਸਾ ਹਬ ਹੈ ਜਿੰਨੂੰ ਅਗਰ ਪੀਸ ਕੇ ਉਹਦਾ ਪਾਊਡਰ ਇੱਕ ਚਮਚਾ ਰਾਤੀ ਆਪਾਂ ਇੱਕ ਗਲਾਸ ਪਾਣੀ ਚ ਪਾ ਲਈਏ ਸਵੇਰੇ ਉਹ ਪਾਣੀ ਪੀ ਲਈਏ ਹਫਤਾ ਵੀ ਲਗਾਤਾਰ ਅਗਰ ਆਪਾਂ ਪੀਵਾਂਗੇ ਤੁਸੀਂ ਦੇਖੋਗੇ ਬੀਪੀ ਬਿਨਾ ਐਲੋਪੈਥਿਕ ਵਿਪਰੀਤ ਦਵਾਈ ਨਾਲ ਘਟਣਾ ਸ਼ੁਰੂ ਹੋ ਜਾਏਗਾ ਲੇਕਿਨ ਅੱਥੇ ਇਹ ਜਾਣਨਾ ਜ਼ਰੂਰੀ ਹੈ ਸਾਡੇ ਚ ਉਹ ਬੰਦੇ ਜਿਨ੍ਹਾਂ ਨੂੰ ਅੱਜ ਬੀਪੀ ਦੀ ਦਵਾਈਆਂ ਲੱਗੇ ਕਈ ਕਈ ਵਰੇ ਹੋ ਚੁੱਕੇ ਨੇ ਤੇ ਉਹ ਲੋਕ ਜਿਨ੍ਹਾਂ ਦੇ ਕੇਸ ਚ ਬੀਪੀ ਦੀ ਦਵਾਈਆਂ ਖਾ ਕੇ ਵੀ ਬੀਪੀ ਕਾਬੂ ਚ ਨਹੀਂ ਰਹਿ پا ਰਿਹਾ ਉਹ ਆਪਣੀ ਬੀਪੀ ਦੀ ਦਵਾਈ ਇਕਦਮ ਨਾ ਛੱਡਣ ਸਾਡੇ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਚ ਜਿਹੜਾ ਸਾਡਾ ਵਟਸਐਪ ਨੰਬਰ ਹੈ ਤੁਸੀਂ ਸਾਨੂੰ ਵਟਸਐਪ ਪੇਜ ਸਕਦੇ ਹੋ ਆਪਣੀਆਂ ਅੱਜ ਦੇ ਕੇਸ ਜਿਹੜੇ ਤੁਸੀਂ ਦਵਾਈਆਂ ਖਾ ਰਹੇ ਹੋ ਸਾਰੀ ਦੀ ਸਾਰੀ ਦਵਾਈਆਂ ਦੀ ਡਿਟੇਲਸ ਪਲੱਸ ਤੁਹਾਡਾ ਬੀਪੀ ਇੱਕ ਹਫਤੇ ਦੀ ਐਵਰੇਜ ਉੱਪਰਲਾ ਬੀਪੀ ਕਿੰਨਾ ਸੀ ਜਿਹਨੂੰ ਕਿ ਸਿਸਟੋਲਿਕ ਕਹਿੰਦੇ ਆ ਥੱਲੇ ਵਾਲਾ ਬੀਪੀ ਕਿੰਨਾ ਵਾ ਜਿਹਨੂੰ ਕਿ ਡਾਇਸਟੋਲਿਕ ਕਹਿੰਦੇ ਆ ਆਓ ਆਪਾਂ ਕੋਲੇਸਟ੍ਰੋਲ ਬੀਪੀ ਦਾ ਵਧਣਾ ਤੇ ਇਹਨਾਂ ਦੇ ਨਾਲ ਸੰਬੰਧਿਤ ਸਾਰੀ ਸਮੱਸਿਆਵਾਂ ਨੂੰ ਨਾਲ ਮਿਲ ਕੇ ਆਯੁਰਵੇਦ ਦੇ ਰਾਹੀਂ ਦੂਰ ਪਜਾਈਏ ਸਸਟੇ ਕਾਲ ਸਟੇ ਰਸ਼ਪੋਸ਼ ਵਿਦ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨੌਟ ਆਯੁਰਵੇਦਿਕ ਹੀਲਰ